ਗਣਪਤੀ ਬੱਪਾ ਉਹਦੇ ਸੋ ਨਿਹਾਲ ਲਓ ਜੀ ਵਾਈਟ ਪ੍ਰੋਡਕਸ਼ਨ ਵਾਲੇ ਮੱਥਾ ਟੇਕ ਲਿਆ ਅਤੇ ਫਿਰ ਕੰਮ ਹੋ ਗਿਆ ਸ਼ੁਰੂ। ਸੁਖਮਿੰਦਰ ਮਾਨ ਸਿੰਗਰ ਅਤੇ ਘੈਂਟ ਸਿੰਗਰ ਆ ਬਾਈ ਅਤੇ ਵਾਈਟ ਪ੍ਰੋਡਕਸ਼ਨ ਵਾਲੇ ਤੁਹਾਨੂੰ ਪਤਾ ਆਪਾਂ ਵੀ ਘੈਂਟ ਹੀ ਹਾਂ ਅਤੇ ਗਾਣਾ ਕਰੀ ਜਾਂਦੇ ਹਾਂ ਅਤੇ ਸ਼ੂਟ। ਅਤੇ ਲਓ ਜੀ ਪਹਿਲਾ ਸ਼ੋਟ ਰੈਡੀ ਹੋ ਚੁੱਕਿਆ ਅਤੇ ਸ਼ੋਟ ਚੱਲਦੇ ਚੱਲਦੇ ਮੇਕਅਪ ਵਾਲਾ ਇੱਧਰ ਉੱਧਰ ਗਿੜੇ ਕੱਢੀ ਜਾਂਦਾ ਲੈ ਵੀ ਮੇਕਅਪ ਵਾਲਾ ਕਹਿੰਦਾ ਮੈਂ ਆਪਦੀ ਸ਼ਾਨ। ਬਿੱਲਾ ਆਇਆ ਲੱਡੂਆਂ ਦਾ ਡੱਬਾ ਚੱਕ ਕੇ ਅਤੇ ਸਾਰਿਆਂ ਨੂੰ ਵੰਡਦਾ ਫਿਰਦਾ ਲੱਡੂ ਅਤੇ ਸੀਨ ਵੀ ਲੱਡੂ ਖਾ ਰਿਹਾ ਬਾਈ ਅਤੇ ਆਹ ਲਚੱਕ ਲੱਡੂ ਮੂੰਹ 'ਚ ਬਿੱਲੇ ਨੇ ਪਾ ਤਾ ਲੱਡੂ ਮੂੰਹ 'ਚ ਸ਼ੈਂਪੀ ਦੇ ਅਤੇ ਸ਼ੈਂਪੀ ਕਹਿੰਦਾ ਇਹ ਕੀ ਕਰਤਾ ਬਿੱਲੇ ਦੀ ਬਾਈ ਜੀ ਗੂੜੀ ਯਾਰੀ ਆ ਸ਼ੈਂਪੀ ਨਾਲ। ਅਤੇ ਫਿਰ ਬਾਈ ਸ਼ੈਂਪੀ 'ਤੇ ਪੈ ਗਿਆ ਮੂੰਹ 'ਤੇ ਨਿਸ਼ਾਨ ਲੱਡੂਆਂ ਦਾ ਅਤੇ ਕੰਮ ਚੱਲਦਾ ਪਿਆ ਲੈ ਵੀ ਅਗਲਾ ਸ਼ੋਟ ਰੈਡੀ ਹੋਣ ਅਤੇ ਗਰਮੀ ਬਹੁਤ ਜ਼ਿਆਦਾ ਹੋ ਗਈ ਸੀ ਇੱਥੇ ਅਤੇ ਲੱਡੂ ਵੰਡੀ ਜਾਂਦਾ ਲੱਡੂ ਬੱਸ ਕਰਨ ਡੱਬਾ ਮੁੱਕਦਾ ਹੀ ਨਹੀਂ ਪਿਆ ਤੇਰਾ ਸ਼ੈਂਪੀ ਬਾਜਾ ਮਰੀ ਜਾਂਦਾ ਆ ਜਾਓ ਯਾਰ ਆ ਜਾਓ ਸ਼ੋਟ ਰੈਡੀ ਸੀਨ ਦੇ ਹੱਥ 'ਚ ਆ ਗਿਆ ਕੈਮਰਾ ਦੇਖਦੇ ਹਾਂ ਵੀ ਕੀ ਹੁੰਦਾ ਹੁਣ ਖੋਲਿਆ ਸ਼ੈਂਪੀ ਨੇ ਕੈਮਰਾ ਕਹਿੰਦਾ ਮੈਂ ਕੱਢ ਕੇ ਦਿਖਾਉਂਦਾ ਸ਼ੋਟ ਅਤੇ ਨੈਕਸਟ ਸ਼ੋਟ ਚੱਲੀ ਜਾਂਦਾ ਵਾ ਦੇਖਦੇ ਹਾਂ ਬਿੱਲਾ ਹਰੇਕ ਸ਼ੋਟ ਦੇ ਵਿੱਚ ਬਿੱਲਾ ਮੂਹਰੇ ਆ ਅਤੇ ਨਾਲ ਹੀ ਫਿਰ ਮੇਰੀ ਵਾਰੀ ਆਉਂਦੀ ਆ ਅਤੇ ਕੁਛ ਕਹਿਣ ਦੀ ਸ਼ੈਂਪੀ ਥੱਲੇ ਦੀ ਹੋ ਕੈਮਰੇ ਵੀ ਨਹੀਂ ਝਾਕਦਾ ਅਤੇ ਅਗਲਾ ਸ਼ੋਟ ਚੱਲਦਾ ਵਾ ਮੈਨੂੰ ਲੱਗਦਾ ਤਕਰੀਬਨ 2 ਕੁ ਵੱਜ ਗਏ ਦੁਪਹਿਰ ਦੇ ਸ਼ੂਟ ਸ਼ੁਰੂ ਕਰਦੇ ਨੂੰ ਲੈ ਸੀਨ ਵਿੱਚ ਰੀਲਾਂ ਕਹਿੰਦਾ ਰੀਲ ਬਣਾ ਲਓ ਮੇਰੀ ਆਪਣੀ ਇਕੱਠੇ ਕੱਢ ਕੇ ਰੀਲ ਕੱਢ ਲੈਂਦੇ ਹਾਂ ਰੀਲਾਂ ਕੱਢਦੇ ਚੱਕਰ 'ਚ ਉਹ ਪਿੱਛੇ ਬਾਈ ਥਾਰ ਵਾਲਾ ਦੇਖਦਾ ਫਿਰਦਾ ਕਹਿੰਦਾ ਕਿਵੇਂ ਹੋ ਗਿਆ ਸ਼ੈਂਪੀ ਐਂਡ ਸੀਨ ਵੱਲੋਂ ਆਪਣਾ ਸ਼ੂਟ ਚੱਲਦਾ ਪਿਆ ਵਾ ਚੌਂਕੀ ਮਾਨ ਅਤੇ ਜਿਵੇਂ ਤੁਸੀਂ ਅੱਗੇ ਆਪਣੇ ਗਾਣੇ ਨੂੰ ਪਿਆਰ ਕਰਦੇ ਹੋ ਅਤੇ ਇਹ ਵੀ ਬਹੁਤ ਘੈਂਟ ਵੀਡੀਓ ਪ੍ਰੋਜੈਕਟ ਲੈ ਕੇ ਆ ਰਹੇ ਆਪਾਂ ਅਤੇ ਜਲਦੀ ਰਿਲੀਜ਼ ਕਰਾਂਗੇ ਅਤੇ ਬਲੌਗ ਨੂੰ ਮੇਰੇ ਨੂੰ ਦੇਖਦੇ ਰਹੋ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸੀਨ। ਉਹ ਕਿਵੇਂ ਲੱਗੀ ਯਾਰਾਂ ਦੀ ਸਪੀਚ ਦੇਖ ਲਈ ਫਿਰ ਆਪਣੀ ਐਕਟਿੰਗ ਘੈਂਟ ਹੀ ਆ ਫਿਰ ਸ਼ਾਰਟ ਹੋ ਗਿਆ ਅਗਲਾ ਸ਼ੁਰੂ ਅਤੇ ਕੰਟੀਨਿਊ ਵੱਜ ਗਏ 3:30 ਅਤੇ ਸਿੰਕ ਹੋ ਗਿਆ ਸ਼ੁਰੂ ਸਿੰਕ ਵੀ ਮੈਨੂੰ ਲੱਗਦਾ ਕੰਪਲੀਟ ਹੋ ਜਾਣਗੇ 5-7 ਮਿੰਟ ਦੇ ਵਿੱਚ ਚੱਲੀ ਜਾਂਦਾ ਕੰਮ ਸ਼ੈਂਪੀ ਹੱਸ ਹੱਸ ਕੇ ਗੱਲਾਂ ਕਰਦਾ ਸੁਖਮਿੰਦਰ ਮਾਨ ਅਤੇ ਸੀਨ ਨੂੰ ਬੁਲਾ ਲਿਆ ਮਾਡਲ ਨੇ ਬਾਈ ਅਤੇ ਨਾ 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 ਬਾਈ ਕੋਈ ਗਲਤ ਨਹੀਂ ਸੋਚਣਾ ਓਨਲੀ ਜਸਟ ਸ਼ੂਟ ਹੋਰ ਕੁਛ ਨਹੀਂ ਵਾਈਟ ਪ੍ਰੋਡਕਸ਼ਨ ਵਾਲੇ ਬਾਈ ਡਾਇਰੈਕਟਰ ਆ ਹੋਰ ਕੁਛ ਨਹੀਂ ਓਨਲੀ ਓਨ ਵਾਈਟ ਪ੍ਰੋਡਕਸ਼ਨ ਟੀਮ ਸ਼ੈਂਪੀ ਪਲੱਸ ਸੀਨ ਤੁਸੀਂ ਉਹਦੇ ਮਗਰ ਆਏ ਸੀਗੇ ਉੱਥੋਂ ਟਰਨ ਹੋ ਕੇ ਇੱਥੇ ਖੜ ਜਾਣਾ ਉਹ ਗੱਡੀ 'ਚ ਬਹਿ ਕੇ ਚੱਲ ਗਿਆ ਗੱਡੀ ਨਿਕਲ ਗਈ ਤੁਸੀਂ ਇੱਥੇ ਹੀ ਖੜੇ ਰਹਿਣਾ ਸੈਂਟਰ ਸਾਰੀ ਸਮਝ ਆ ਜਾਂਦੀ ਹੈ।
ਰੋਲ ਕੈਮਰਾ ਐਕਸ਼ਨ। ਕਿਉਂ ਜੀ ਹੁਣ ਲੜਾਈ ਵਾਲੇ ਸ਼ਾਟ ਹੋ ਜਾਣੇ ਸ਼ੁਰੂ, ਤਾਂ ਲੜਾਈ ਵਾਲੇ ਸ਼ਾਟ ਦੇਖ ਲਿਓ, ਪੜਾਕੇ ਪੈਂਦੇ ਦੇਖੇ। ਜਿਹੜੇ ਅਸਲ 'ਚ ਗਾਣਾ ਦੇਖ ਲਿਓ ਤੁਸੀਂ, ਗਾਣੇ ਦੇ ਵਿੱਚ ਦੇਖਿਆ ਕਿਵੇਂ ਲੜਾਈ ਵਾਲੇ ਸ਼ਾਟ ਬਣਾਏ, ਉਹ ਇੱਦਾਂ ਹੀ ਬਣਾਇਆ ਬਾਈ ਲੜਾਈ ਵਾਲੇ ਸ਼ਾਟ। ਅਤੇ ਹੁਣ ਕੱਢ ਰਿਹਾ ਸ਼ੈਂਪੀ ਵਿੱਚ ਸਿੰਕ ਦੇ ਵਿੱਚ ਸੀਕੁਐਂਸ ਲਾਉਣਾ ਵਿੱਚ ਸਸਪੈਂਸ। ਆਹ ਦੇਖੀਏ ਆਹ ਚੀਜ਼ ਜਿਹੜੀ ਆ ਬਣਦੀ ਪਈ ਹੈ ਸ਼ਾਟ, ਵਾਈਟ ਪ੍ਰੋਡਕਸ਼ਨ ਵਾਲੇ ਖੁਦ ਆਪ ਕੰਮ ਕਰਦੇ, ਤੁਹਾਨੂੰ ਪਤਾ ਸਾਰਾ। ਇਹ ਬਣਾਤਾ ਲੜਾਈ ਵਾਲਾ ਸ਼ਾਟ, ਕੋਈ ਨਾ ਮੈਂ ਕੱਢ ਲੈਣਾ। ਆਇਓ ਵੀਰੇ, ਤੂੰ ਕੱਲੀ ਕਮੀਜ਼ ਲਾ ਲਾ ਇੱਕ ਟੀ ਸ਼ਰਟ 'ਚ, ਆਈ ਟੀ ਸ਼ਰਟ ਤਾਂ ਵੀ ਕਰ ਗਈ ਚੁੱਬਾ ਲੈ, ਇੱਕ ਦੀ ਲੈ ਜਾਂ ਜੱਗ ਲੈ ਕਰ ਨਹੀਂ, ਜਸਟ ਸੇਮ ਹੀ ਲੈਣਾ ਆਪਾਂ ਇਦਾਂ ਨਹੀਂ, ਕਮੀਜ਼ ਖੋਲ ਲਾ ਕੱਲੀ। ਅੱਛਾ ਹਾਂ, ਤੇ ਇੱਕ ਮੁੰਡਾ ਇਹਦੇ ਨਾਲ ਹੋਰ ਬਿਠਾ ਦੇ, ਉਹ ਸੀਗਾ 50 22 ਬਹਿ ਜੂਗਾ, ਠੀਕ ਹੈ ਮੁੰਡਾ ਆਪਣਾ ਆ ਜਾ। ਨਹੀਂ ਨਹੀਂ ਉਹ ਤਾਂ ਹਾਂ ਮੇਰੇ ਨਾਲ ਹੀ ਕੋਲੀ ਤੇ ਬਹਿ ਜੂਗਾ, ਚੈੱਕ ਕਰ ਲੈਣਾ, ਕੋਈ ਚੱਕਰ ਨਹੀਂ, ਇੱਕ ਫਲੈਟ ਛੋਟਾ ਜਿਹਾ ਸ਼ਾਰਟ ਹੈ ਤਾਂ, ਬਸ ਤੂੰ ਇਹਨੂੰ ਐਂ ਪਲੋਸਣਾ, ਉੱਥੇ ਨਾ ਛੇੜਿਆ ਕਰ, ਤੇਰੀ ਭਰਜਾਈ ਆ। ਹਾਂਜੀ ਦੋਸਤੋ, ਕੀ ਹਾਲ ਚਾਲ, ਮੈਂ ਸ਼ੈਂਪੀ ਨਾਲ ਸੀਨ ਵਾਈਟ ਪ੍ਰੋਡਕਸ਼ਨ ਟੀਮ, ਸਾਡਾ ਸ਼ੂਟ ਚੱਲ ਰਿਹਾ ਆ, ਅਤੇ ਸਿੰਗਰ ਹੈਗੇ ਆ ਆਪਣੇ ਸੁਖਵਿੰਦਰ ਮਾਨ ਭਾਜੀ, ਅਤੇ ਲਿਖਿਆ ਲੱਕੀ ਟੱਟ ਨੇ ਜੀ, ਉੱਧਰ ਬੀਜੀ ਨੇ ਥੋੜ੍ਹਾ ਲੱਕੀ ਟੱਟ ਜੀ, ਅਤੇ ਲੱਕੀ ਟੱਟ ਜੀ ਨੂੰ ਭੇਜੋ ਬੜਾ ਲੱਕੀ ਟੱਟ ਜੀ, ਮਾਡਲ ਸੰਦੀਪ ਕਲਿਆਣ, ਅਤੇ ਮੈਡਮ ਲੀਡ, ਅਤੇ ਆਪਣੇ ਕੀ ਨਾਮ ਹੈ ਚਸਟ ਮੈਜਨ ਖੁਸ਼ਬੂ ਐਸ ਟੀ ਮੈਡਮ, ਕੀ ਨਾਮ ਆ ਤੁਹਾਡਾ, ਸਟਾਰ ਸਿੰਮੂ, ਹਾਂ ਸਟਾਰ ਸਿੰਮੂ, ਹਾਂ ਮੈਂ ਇੰਸਟਾ ਦੇਖਿਆ, ਅਤੇ ਨਾਲ ਸਾਡੇ ਬਾਕੀ ਹੋਰ ਵੀ ਮੰਗੀ ਭਾਜੀ ਹੁਣੀ ਸਾਰੇ ਪਹੁੰਚੇ ਹੋਏ, ਰਵੀ ਆਪਣੇ ਮੇਕਅਪ, ਮੁਸਕਾਨ ਕੀ ਨਾਮ, ਸੂਰਜ ਸੂਰਜ ਸੂਰਜ, ਅਤੇ ਬਾਕੀ ਸਾਰੀ ਟੀਮ ਪਹੁੰਚੀ ਹੋਈ, ਬਹੁਤ ਸੋਹਣਾ ਸ਼ੂਟ ਆ ਆਪਣਾ, ਲੋਕੇਸ਼ਨ ਦਿਖਾਈ ਜਾਵੇ ਪਿੱਛੇ, ਅਤੇ ਬਹੁਤ ਵਾਈਡ ਲੋਕੇਸ਼ਨ, ਬਹੁਤ ਵਧੀਆ, ਅਤੇ ਅਸੀਂ ਕਾਲਜ ਇੰਸਟੀਟਿਊਟ ਵਾਲਿਆਂ ਦਾ ਵੀ ਧੰਨਵਾਦ ਕਰਦੇ ਹਾਂ, ਅਤੇ ਪੂਰਾ ਚੱਲ ਹੋ ਰਿਹਾ ਆ, ਗਰਮੀ ਨੇ ਐਨ ਇੰਜੋਏ ਕਰਾਇਆ ਪੂਰਾ, ਅਤੇ ਬਾਕੀ ਮਿਲਦੇ ਹਾਂ ਬ੍ਰੇਕ ਤੋਂ। ਭਾਅ ਜੀ ਕਿਵੇਂ ਲੱਗਿਆ ਸਾਡੇ ਨਾਲ ਸ਼ੂਟ ਕਰਕੇ? ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਫੇਸਬੁੱਕ ਵਾਲਿਆਂ ਨੂੰ, ਸੈਂਪੀ ਸੀਨ ਹੋਣੀ ਜੀ, ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ਸਾਨੂੰ ਅੱਜ ਇਹ ਕੈਮਰੇ 'ਚ ਬੰਦ ਕਰ ਰਹੇ ਨੇ, ਪਹਿਲਾਂ ਤਾਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ, ਇੰਨੀ ਗਰਮੀ ਦੇ ਵਿੱਚ ਸ਼ੂਟ ਕਰ ਰਹੇ ਨੇ, ਪਰ ਇੱਕ ਵਾਰ ਵੀ ਇਹਨਾਂ ਨੇ ਮੱਥੇ 'ਤੇ ਤਿਉੜੀ ਨਹੀਂ ਲਿਆਈ, ਆਰਾਮ ਦੇ ਨਾਲ ਸਾਡੇ ਨਾਲ ਇਹ ਪੇਸ਼ ਆ ਰਿਹਾ, ਯਾਨੀ ਕਿ ਬੜੇ ਢੰਗ ਨਾਲ ਵਧੀਆ ਤਰੀਕੇ ਨਾਲ ਗਰਮੀ 'ਚ ਕਰ ਰਹੇ ਨੇ, ਬਹੁਤ ਵਧੀਆ ਸ਼ੂਟ ਹੋਇਆ। ਮੈਂ ਤੁਹਾਡਾ ਸੁਖਵਿੰਦਰ ਮਾਨ, ਜਿਹੜਾ ਇਹ ਸਾਡਾ ਗੀਤ ਆ, ਬਿਲਕੁਲ ਪਿਆਰ ਅਤੇ ਸਤਿਕਾਰ ਨਾਲ ਦੇਖਿਓ, ਬਹੁਤ ਵਧੀਆ ਗੀਤ ਸ਼ੂਟ ਹੋਇਆ, ਅਤੇ ਬਹੁਤ ਹੀ ਵਧੀਆ ਤੁਹਾਡੇ ਵੀਰ ਨੇ ਗਾਇਆ, ਅਤੇ ਨਾਲ ਇਹਨਾਂ ਦੇ ਬਾਬਾ ਜੀ ਨੇ ਮੇਰੇ ਸਿੰਗਰ ਡਿਊਟ ਆ ਜਿਹੜੇ, ਉਹਨਾਂ ਨੇ ਗਾਇਆ, ਅਤੇ ਸੋਹਣਾ ਬਹੁਤ ਹੀ ਵਧੀਆ ਗੀਤ ਆ, ਬੜੇ ਪਿਆਰ ਨਾਲ ਦੇਖਿਓ, ਬਹੁਤ ਹੀ ਵਧੀਆ ਗੀਤ ਆ, ਅਤੇ ਸਾਡੇ ਸੈਂਪੀ ਸੀ ਉਹਨਾਂ ਨੇ ਬੜੇ ਪਿਆਰ ਨਾਲ ਇਹਨਾਂ ਨੇ ਸ਼ੂਟ ਕੀਤਾ, ਧੰਨਵਾਦ ਸਾਰਿਆਂ ਦਾ, ਓਕੇ ਬਾਏ। ਕਿਉਂ ਬਈ ਸੁਖਵਿੰਦਰ ਮਾਨ ਨੇ ਸਪੀਚ ਦਾ ਸਿਰਾ ਲਿਆ ਤਾ, ਉਹ ਮੇਕਅਪ ਵਾਲਾ ਕਹਿੰਦਾ ਮੈਂ ਵੀ ਸਿਰਾ ਹੀ ਕਰਨਾ, ਇਹ ਬੰਦਾ ਅੰਮ੍ਰਿਤਸਰ ਦਾ, ਨਹੀਂ 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 ਸੋਰੀ, ਜੰਡਿਆਲੇ ਦਾ, ਜੰਡਿਆਲੇ ਦਾ ਮੇਕਅਪ ਸੂਰਜ, ਇੱਕ ਵੱਡੇ ਵੱਡੇ ਆਰਟਿਸਟਾਂ ਨਾਲ ਕੰਮ ਕੀਤਾ, ਅਤੇ ਹੁਣ ਵਾਈਟ ਪ੍ਰੋਡਕਸ਼ਨ ਨਾਲ ਵੀ ਕੰਮ ਕਰਦਾ। ਜੀ ਬਲੌਗ ਕਿੱਦਾਂ ਲੱਗਦਾ ਪਿਆ ਜ਼ਰੂਰ ਦੱਸਿਓ ਕਮੈਂਟ ਕਰਕੇ, ਅਤੇ ਜੇ ਕਿਸੇ ਸਾਡੇ ਵੀਰ ਨੇ ਸਾਡੇ ਤੋਂ ਵੀਡੀਓ ਕਰਵਾਉਣੀ ਆ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਸਾਡਾ ਨੰਬਰ ਦਿੱਤਾ, ਅਤੇ ਸਾਨੂੰ ਹੁਣੀ ਕਾਲ ਕਰ ਸਕਦਾ, ਅਤੇ ਆਪਾਂ ਤੁਹਾਨੂੰ ਪੂਰਾ ਸਿਸਟਮ ਦੇਵਾਂਗੇ, ਲੋਕੇਸ਼ਨ ਮਾਡਲ ਟੋਟਲੀ ਵਰਕ ਇੱਥੇ ਹੀ ਦੇਵਾਂਗੇ ਵਾਈਟ ਪ੍ਰੋਡਕਸ਼ਨ ਵਾਲੇ, ਅਤੇ ਐਸ ਟੀ ਜਾਣਾ ਬਾਈ।
ਹਾਂਜੀ ਉਮੀਦ ਕਰਦੇ ਹਾਂ ਹਲੇ ਤੱਕ ਵੀ ਤੁਸੀਂ ਸਾਡੇ ਚੈਨਲ ਨੂੰ ਵਿਜ਼ਿਟ ਕੀਤਾ ਹੈ, ਦੇਖਦੇ ਪਏ ਹੋ ਮਤਲਬ। ਹਾਂਜੀ ਹਾਂਜੀ ਦੇਖਦੇ ਪਏ ਹੋ ਸਾਰੇ ਜਾਣੇ, ਅਤੇ ਬਹੁਤ ਬਹੁਤ ਧੰਨਵਾਦ। ਤੁਸੀਂ 8 ਮਿੰਟ ਦੀ ਹਲੇ ਤੱਕ 8 ਮਿੰਟ ਦੀ ਮੇਕਿੰਗ ਦੇਖ ਲਈ ਤੁਸੀਂ, ਇੰਨੀ ਮਤਲਬ ਇੰਟਰਸਟਡ ਬਣ ਗਈ ਆ, ਅਤੇ ਮੈਨੂੰ ਲੱਗਦਾ ਤੁਸੀਂ ਪੂਰੀ ਦੇਖੋਗੇ, ਪੂਰੀ ਦੇਖਦੇ ਪਏ ਹੋ। ਅਤੇ ਬਾਈ ਜੀ ਸਿੰਕ ਕੱਢਦੇ ਪਏ ਆ ਹੁਣ, ਸਿੰਕ ਜਿਵੇਂ ਲਾਸਟ ਸੀਕੁਐਂਸ ਚੱਲਦਾ ਪਿਆ ਹੈ, ਅਤੇ ਸ਼ੈਂਪੀ ਲੱਗਿਆ ਹੋਇਆ ਸੈਟਿੰਗ ਕਰਾਉਣ ਬਾਈ ਜੀ ਵੀ ਇੱਦਾਂ ਨਹੀਂ ਇੱਦਾਂ ਇੱਦਾਂ ਕਰਨਾ ਆਪਾਂ, ਹੈ ਨਾ। ਦੇਖੋ ਟੈਨਸ਼ਨ ਸੈਟਅਪ ਦੇ ਪਿੱਛੇ ਬਹੁਤ ਹੁੰਦੀ ਆ, ਸਟਾਰ ਤਾਂ ਗਾਂਹਲਾ ਹੁੰਦਾ, ਅਸੀਂ ਤਾਂ ਕੈਮਰੇ ਦੇ ਪਿੱਛੇ ਹੀ ਰਹਿ ਜਾਂਦੇ ਹਾਂ, ਵਾਈਟ ਪ੍ਰੋਡਕਸ਼ਨ ਵਾਲੇ ਐਵੇਂ ਨਹੀਂ ਪਿੱਛੇ ਰਹਿੰਦੇ, ਪਰ ਆਪਣਾ ਨਾਮ ਗੂੰਜਦਾ। ਅਤੇ ਡਿਸਕ੍ਰਿਪਸ਼ਨ ਦੇ ਵਿੱਚ ਅਤੇ ਮੈਨੂੰ ਫੋਲੋ ਕਰ ਲਓ ਮੇਰੀ ਆਈ ਡੀ ਨੂੰ ਇੰਸਟਾਗ੍ਰਾਮ 'ਤੇ ਜਾ ਕੇ, ਅਤੇ ਕੋਈ ਜੇ ਇੱਦਾਂ ਹੀ ਗਾਣਾ ਸਾਡੇ ਤੋਂ ਸ਼ੂਟ ਕਰਵਾਉਣਾ ਚਾਹੁੰਦੇ ਆ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਮੇਰਾ ਨੰਬਰ ਦਿੱਤਾ, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਹੈ ਨਾ। ਬਾਕੀ ਇਹ ਚੌਂਕੀ ਮਾਨ ਸ਼ੂਟ ਕੀਤਾ ਸੀਗਾ ਜੀ, ਆਪਾਂ ਜਗਰਾਓਂ ਤੋਂ ਜਦੋਂ ਲੁਧਿਆਣਾ ਰੋਡ 'ਤੇ ਆਪਾਂ ਜਾਂਦੇ ਹਾਂ, ਰਾਸਤੇ ਦੇ ਵਿੱਚ ਚੌਂਕੀ ਮਾਨ ਆਉਂਦਾ, ਉੱਥੇ ਬਜਾਜ ਕਾਲਜ ਆ, ਉੱਥੇ ਆਪਾਂ ਇਹ ਸ਼ੂਟ ਕੀਤਾ ਸੀ। ਬਜਾਜ ਕਾਲਜ ਵਾਲਿਆਂ ਦਾ ਦਿਲੋਂ ਧੰਨਵਾਦ ਬਾਈ, ਤੁਸੀਂ ਸਾਨੂੰ ਇੱਥੇ ਸ਼ੂਟ ਕਰਨ ਲਈ ਦਿੱਤਾ, ਹੈ ਨਾ, ਬਹੁਤ ਬਹੁਤ ਧੰਨਵਾਦ। ਅਤੇ ਸੁਖਵਿੰਦਰ ਮਾਨ ਸਿਰਾ ਕਰਾਈ ਜਾਂਦਾ, ਅਤੇ ਸੀਨ ਮੂਹਰੇ ਮੂਹਰੇ ਤੁਸੀਂ ਦੇਖੋ ਆਪਣੀ ਸਪੀਚ ਘੈਂਟ ਲੱਗੀ ਤੁਹਾਨੂੰ, ਕਮੈਂਟ ਕਰਕੇ ਜ਼ਰੂਰ ਦੱਸਿਓ ਕਿਵੇਂ ਲੱਗਿਆ ਬਲੌਗ ਆਪਣਾ। ਅਤੇ ਬਾਏ ਬਾਏ ਟਾਟਾ, ਸੋਰੀ ਰੁਕੋ ਹਲੇ ਪਈ ਆ, ਅਤੇ ਮੇਕਿੰਗ ਹਲੇ ਸਾਰੀ ਪਈ ਆ, ਹਲੇ ਸੀਕੁਐਂਸ ਪਏ, ਆਪਾਂ ਦਿਖਾਵਾਂਗੇ ਤੁਹਾਨੂੰ ਅੱਗੇ ਅੱਗੇ, ਦੇਖਦੇ ਰਹੋ ਕਿਵੇਂ ਬਣਦਾ ਸ਼ੂਟ। ਅਤੇ ਆਹ ਸ਼ਾਰਟ ਥੋੜ੍ਹਾ ਜਿਹਾ ਲੰਮਾ ਹੋ ਗਿਆ, ਇੰਟਰਸਟਡ ਆ ਅਤੇ ਕੰਟੀਨਿਊ ਆ, ਪਰ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਜ਼ਰੂਰ, ਅਤੇ ਆਪਾਂ ਨੂੰ ਵੱਧ ਤੋਂ ਵੱਧ ਵਾਚ ਟਾਈਮ ਚਾਹੀਦਾ ਇਹਦਾ। ਅਤੇ ਆਪਣੇ ਚੈਨਲ ਨੂੰ ਯੂਟਿਊਬ ਨੂੰ ਸਬਸਕ੍ਰਾਈਬ ਕਰ ਲਓ, ਹੈ ਨਾ, ਤੁਹਾਡਾ ਆਪਣਾ ਚੈਨਲ ਆ, ਇੱਦਾਂ ਹੀ ਤੁਹਾਨੂੰ ਆਪਾਂ ਦਿਖਾਉਂਦੇ ਰਹਾਂਗੇ ਗਾਣੇ ਕਿੱਦਾਂ ਸ਼ੂਟ ਹੁੰਦੇ ਆ ਅਤੇ ਗਾਣਾ ਕਿਵੇਂ ਸ਼ੂਟ ਹੁੰਦਾ, ਹੈ ਨਾ, ਸਾਰਾ ਤਰੀਕੇ ਦਿਖਾਵਾਂਗੇ। ਅਤੇ ਅੱਗੇ ਅੱਗੇ ਹੋਰ ਵੀ ਵੀਡੀਓ ਆਉਣਗੀਆਂ, ਘੈਂਟ ਘੈਂਟ ਗਾਣੇ ਲੈ ਕੇ ਆਵਾਂਗੇ ਤੁਹਾਡੇ ਲਈ, ਹੈ ਨਾ। ਵਾਈਟ ਪ੍ਰੋਡਕਸ਼ਨ ਟੀਮ ਸ਼ੈਂਪੀ ਪਲੱਸ ਸੀਨ, ਸੀਨ ਨੇ ਚੱਕ ਲਈ ਲਾਈਟ, ਅਤੇ ਲਾਈਟ ਦਾ ਇਫੈਕਟ ਪੂਰਾ 7 ਵਜੇ ਮੈਨੂੰ, ਸਾਢੇ ਛੇ ਵਜੇ ਹੋਏ ਨੇ ਸ਼ਾਮ ਦੇ, ਅਤੇ ਟਾਈਮ ਹੋ ਗਿਆ ਜ਼ਿਆਦਾ। ਅਤੇ ਸ਼ੈਂਪੀ ਕਹਿੰਦਾ ਹੁਣ ਚੱਲੀਏ ਯਾਰ ਆਪਾਂ ਸ਼ੂਟ ਕੰਪਲੀਟ ਕਰਕੇ, ਅਤੇ ਲਾਸਟ ਸੀਕੁਐਂਸ ਚੱਲਦੇ ਪਏ ਨੇ, ਅਤੇ ਲਾਈਟ ਉੱਪਰੋਂ ਪਾ ਰਹੀ ਆਪਾਂ RGB ਲਾਈਟ ਪਾ ਕੇ, ਇਫੈਕਟ ਪੂਰਾ ਘੈਂਟ। ਗਾਣਾ ਤੁਸੀਂ ਦੇਖ ਲਿਆ, ਡਿਸਕ੍ਰਿਪਸ਼ਨ 'ਚ ਜਾ ਕੇ ਤੁਸੀਂ ਗਾਣਾ ਦੇਖ ਸਕਦੇ ਹੋ ਗਾਣਾ ਕਿੱਦਾਂ ਲੱਗਿਆ, ਹੈ ਨਾ। ਗਾਣਾ ਜੇ ਤੁਹਾਨੂੰ ਜਿਵੇਂ ਵੀ ਲੱਗਿਆ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਵੀ ਭਾਅ ਜੀ ਵੀ ਗਾਣਾ ਤੁਹਾਨੂੰ ਵਧੀਆ ਲੱਗਾ ਜਾਂ ਕੀ ਚੀਜ਼ ਲੱਗੀ ਤੁਹਾਨੂੰ। ਸਾਰਾ ਕੰਸੈਪਟ ਆਪਣਾ ਆਪ ਕਰਦੇ ਹਾਂ, ਸ਼ੂਟ ਵੀ ਆਪਾਂ ਆਪ ਕਰਦੇ ਹਾਂ, ਔਰ ਐਡਿਟ ਵੀ ਆਪਾਂ ਆਪ ਹੀ ਕਰਦੇ ਹਾਂ। ਵਾਈਟ ਪ੍ਰੋਡਕਸ਼ਨ ਟੀਮ ਸ਼ੈਂਪੀ ਪਲੱਸ ਸੀਨ, ਬਸ ਕਰੋ ਰੁਕ ਜਾਓ ਹੁਣ ਸਿੰਕ ਹੁਣ ਚੱਲੀ ਜਾਂਦਾ ਹਾਲੇ ਤੱਕ। ਅੱਛਾ ਜੀ, ਜੇ ਤੁਸੀਂ ਆਹ ਜਿਵੇਂ ਹੁਣ ਆਹ ਜਿਹੜੀ ਸਿੰਕ ਵਾਲੀ ਫੋਟੋ ਇਹ ਦੇਖਣੀ ਆ ਤੁਸੀਂ ਡਿਸਕ੍ਰਿਪਸ਼ਨ 'ਚ ਜਾ ਕੇ ਜਾਂ ਸੁਖਮਿੰਦਰ ਮਾਨ ਯਾਰ ਤੇਰਾ ਸੌਂਗ ਭਰ ਕੇ ਉਹ ਵੀ ਚੈੱਕ ਕਰ ਸਕਦੇ ਹੋ, ਦੇਖ ਸਕਦੇ ਹੋ ਤੁਸੀਂ ਵੀ ਗਾਣਾ ਕਿੱਦਾਂ ਬਣਿਆ। ਅਤੇ ਬਾਕੀ ਹੋਰ ਵੀ ਜੇ ਤੁਸੀਂ ਮੇਕਿੰਗਾਂ ਦੇਖਣੀਆਂ ਮੇਰੇ ਚੈਨਲ 'ਤੇ ਵਿਜ਼ਿਟ ਕਰਕੇ ਸਾਰੀ ਪ੍ਰੋਫਾਈਲ ਕੱਢ ਕੇ ਹੋਰ ਵੀ ਗਾਣੇ ਘੈਂਟ ਘੈਂਟ ਗਾਣੇ ਜਿਹੜੇ ਆਪਾਂ ਕੀਤੇ ਆ, ਅਤੇ ਇੱਦਾਂ ਹੀ ਆਪਾਂ ਅਲੱਗ ਅਲੱਗ ਬਲੌਗ ਮੇਕਿੰਗ ਗਾਣੇ ਦੀ ਲੈ ਕੇ ਆਵਾਂਗੇ, ਅਤੇ ਜੋ ਕਿ ਤੁਹਾਨੂੰ ਵੀ ਨੌਲੇਜ ਆਵੇ। ਅਤੇ ਜੇ ਆਪਣੇ ਨਾਲ ਕੋਈ ਕੰਮ ਸਿੱਖਣਾ ਚਾਹੁੰਦਾ ਜਾਂ ਆਪਣੇ ਨਾਲ ਆਉਣਾ ਚਾਹੁੰਦਾ ਉਹ ਵੀ ਮੈਨੂੰ ਕੰਟੈਕਟ ਕਰ ਸਕਦਾ, ਆਪਾਂ ਬਾਈ ਵਧੀਆ ਤਰੀਕੇ ਨਾਲ ਕੰਮ ਸਿਖਾਵਾਂਗੇ, ਸ਼ੂਟ ਕਿੱਦਾਂ ਕਰਦੇ ਆ ਅਤੇ ਐਡਿਟ ਕਿੱਦਾਂ ਕਰਦੇ ਆ ਸਾਰਾ ਕੰਮ ਸਿਖਾਵਾਂਗੇ। ਜੇ ਕੋਈ ਨਵਾਂ ਮੁੰਡਾ ਯੰਗ ਏਜ, ਹੈ ਨਾ, ਨਵਾਂ ਕੋਈ ਇਸ ਲਾਈਨ ਦੇ ਵਿੱਚ ਆਉਣਾ ਚਾਹੁੰਦਾ ਵੀਡੀਓਗ੍ਰਾਫੀ ਦੀ ਲਾਈਨ ਦੇ ਵਿੱਚ, ਤਾਂ ਮੋਸਟ ਵੈਲਕਮ ਵਾਈਟ ਪ੍ਰੋਡਕਸ਼ਨ ਵਾਲਿਆਂ ਵੱਲੋਂ।
ਅਤੇ ਜਦੋਂ ਮਰਜ਼ੀ ਆ ਕੇ ਸਾਡੇ ਆਫਿਸ ਵਿਜ਼ਿਟ ਕਰ ਸਕਦੇ ਹੋ, ਜਗਰਾਓਂ ਰਾਏਕੋਟ ਰੋਡ, ਜਦੋਂ ਮਰਜ਼ੀ ਵਿਜ਼ਿਟ ਕਰੋ। ਅਤੇ ਲਓ ਜੀ ਲਾਸਟ ਸ਼ੋਟ ਦੇਖੋ ਜੀ। ਚਲੋ ਚਲੋ ਜੀ, ਸਤਿ ਸ਼੍ਰੀ ਅਕਾਲ। ਸੋ ਅੱਜ ਬੜੀ ਖੁਸ਼ੀ ਦੀ ਗੱਲ ਆ ਵੀ ਸਾਰੀ ਟੀਮ ਸਾਡੀ ਖੜ੍ਹੀ ਆ। ਅਸੀਂ ਇੱਕ ਦੁਗਾਣਾ ਜਿਹੜਾ ਅੱਜ ਸ਼ੂਟ ਕੀਤਾ ਵਾ, ਬਹੁਤ ਹੀ ਪਿਆਰਾ ਦੁਗਾਣਾ ਵਾ, ਆਪਣੀ ਕਲਮ ਤੋਂ ਬਈ ਲਿਖਿਆ ਲੱਕੀ ਡੱਟ, ਅਤੇ ਬਹੁਤ ਵਧੀਆ ਆਵਾਜ਼ ਦਾ ਮਾਲਕ ਸਾਡੇ ਸੁਖਵਿੰਦਰ ਮਾਨ, ਅਤੇ ਨਾਲ ਸਾਡੀ ਮੈਡਮ ਲਖਵਿੰਦਰ ਕੌਰ ਜੀ ਬਹੁਤ ਅੱਛੀ ਆਵਾਜ਼ ਦੀ ਮਾਲਕਨ ਆ, ਅਤੇ ਸਾਰੀ ਟੀਮ ਸੇਪੀ ਨੇ ਸਾਡੇ ਵੀਰ ਨੇ ਵਿਸ਼ੇਸ਼ ਤੌਰ 'ਤੇ ਸਾਡੇ ਅੱਜ ਪਹੁੰਚੇ ਦੀ ਨੂੰ ਸ਼ੂਟ ਕੀਤਾ ਵਾ। ਸੋ ਉਮੀਦ ਆ ਵੀ ਜਿਵੇਂ ਗੀਤ ਨੂੰ ਤੁਸੀਂ ਲਿਖਿਆ ਵਾ ਅਤੇ ਗੀਤ ਨੂੰ ਤੁਸੀਂ ਮੁੰਡੇ ਨੇ ਮਿਹਨਤ ਕਰੀ ਆ ਸਵੇਰ ਤੋਂ, ਵੀ ਜਿਵੇਂ ਸਾਡੇ ਪ੍ਰਾਈਸ ਗੀਤ ਸੁਣਨਗੇ, ਉਮੀਦ ਆ ਤੁਸੀਂ ਵੱਧ ਤੋਂ ਵੱਧ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰੋਗੇ, ਅਤੇ ਵੱਧ ਤੋਂ ਵੱਧ ਪਿਆਰ ਦੇ ਗੀਤ ਨੂੰ ਸਾਰੇ ਭਰਾਵਾਂ ਦਾ ਧੰਨਵਾਦ ਆ ਵਿਸ਼ੇਸ਼ ਤੌਰ 'ਤੇ। ਸੋ ਬੜੀ ਮਿਹਰਬਾਨੀ ਨਾਲ ਸੀਨ ਵਾਈਟ ਪ੍ਰੋਡਕਸ਼ਨ ਟੀਮ ਸਾਡਾ ਅੱਜ ਸ਼ੂਟ ਹੋ ਗਿਆ ਕੰਪਲੀਟ, ਅਤੇ ਨਾਲ ਸਾਡੇ ਸੁਖਵਿੰਦਰ ਮਾਨ ਸਿੰਗਰ ਅਤੇ ਲੱਕੀ ਢਾਡ ਜੀ ਨੇ ਲਿਖਿਆ ਅਤੇ ਮਿਊਜ਼ਿਕ ਕੀਤਾ ਆਪਣੇ ਨਿੰਮਾ ਵਿਰਕ ਜੀ ਨੇ ਅਤੇ ਗਾਇਆ ਸੁਖਵਿੰਦਰ ਮਾਨ ਜੀ ਨੇ। ਵੀਡੀਓ ਓਨਲੀ ਔਨ ਵਾਈਟ ਪ੍ਰੋਡਕਸ਼ਨ ਟੀਮ, ਸ਼ੈਂਪੀਅਨ ਸੀਨ ਅਤੇ ਮਾਡਲਿੰਗ ਸੰਦੀਪ ਕਲਿਆਣ, ਬਾਕੀ ਮੈਡਮ ਲਖਵਿੰਦਰ ਕੌਰ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡੀ ਆਪਣੀ ਲਖਵਿੰਦਰ ਕੌਰ। ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਸੁਖਵਿੰਦਰ ਮਾਨ। ਅੱਜ ਬਹੁਤ ਹੀ ਵਧੀਆ ਗਰਮੀ ਦੇ ਵਿੱਚ ਇੰਨਾ ਵਧੀਆ ਸ਼ੂਟ ਹੋਇਆ ਤੁਹਾਡਾ, ਸਾਡੇ ਸੈਂਪੀ ਹੋਣਾ ਜੀ ਨੇ, ਸਾਡੇ ਸੀਨ ਹੋਣਾ ਜੀ ਨੇ, ਵਾਈਡ ਪ੍ਰੋਡਕਸ਼ਨ ਵਾਲੇ ਨੇ ਪੂਰਾ ਜ਼ੋਰ ਲਾ ਤਾ ਗੀਤ ਨੂੰ ਵਧੀਆ ਬਣਾਉਣ ਦੀ ਖਾਤਰ। ਸਾਰੇ ਜਾਣੇ ਪਿਆਰ ਨਾਲ ਜ਼ਰੂਰ ਦੇਖਿਓ ਸਾਡਾ ਸੈਂਪੀ ਸੀਨ ਦਾ ਕੀਤਾ ਹੋਇਆ ਸ਼ੂਟ ਗੀਤ ਤੁਹਾਡਾ ਸੁਖਵਿੰਦਰ ਮਾਨ ਜਿਨ੍ਹਾਂ ਨੇ ਗਾਇਆ। ਸਾਡੇ ਖੜਿਆ ਪਰਲੇ ਪਾਸੇ ਲੱਕੀ ਟੱਟ ਜੀ ਜਿਨ੍ਹਾਂ ਨੇ ਬਹੁਤ ਹੀ ਵਧੀਆ ਰਾਈਟ ਕੀਤਾ, ਬਹੁਤ ਹੀ ਵਧੀਆ ਲੇਅਰਸ ਦਿੱਤੇ ਨੇ, ਅਤੇ ਇਹਨਾਂ ਨੇ ਸਾਡੇ ਨਾਲ ਐਕਟ ਕੀਤਾ, ਸਾਡੇ ਲਖਵਿੰਦਰ ਕੌਰ ਜੀ ਨੇ, ਸਾਰਿਆਂ ਦਾ ਧੰਨਵਾਦ, ਸਾਰੀ ਟੀਮ ਦਾ ਮੈਂ ਧੰਨਵਾਦ ਕਰਦਾ। ਹਾਂਜੀ ਬਾਏ ਬਾਏ ਜੀ, ਵਾਈਡ ਪ੍ਰੋਡਕਸ਼ਨ ਵਾਲਿਆਂ ਵੱਲੋਂ ਬਾਏ ਬਾਏ।